मैं उधर व्याह ते गया कि मैं कुछ चक्कन गया। पहला दसो, पहला तो मेरा फोन रख लिया उन्होंने, है ना यार। क्यों यार भैन, वही फुद्दू गल्ला भैन चो दस भी तू भैन दया यार ड्रेक हाँ, तू ड्रेक हाँ भैन दया यार। आ देख तेरे ब्याह ते पीती भी नहीं, तेरे ब्याह तो मैं आया सी, मैं इन्हें जे दे ब्याह ते पी भी ली ना, इन्हें साले ने उदा भी बिल मंगा लेना। परमीश वर्मा इज वॉचिंग, ओके वेरी गुड। पर पुत परमीश वर्मा वॉचिंग पता क्यों, क्योंकि तू मैनू आपदा भरा नहीं मन्या यार। तेरा व्याह सी यार, साढ़े किन्ने चा सी यार, तू तो भैन चो ऐ करदा जिवें तू भैन दी लन ड्रेक होवे, तू साला ड्रेक नहीं हैगा। हाँ जी, किदा सारे दोस्तों, सब तो पहला निघा स्वागत करते हैं तुहाडा तुहाडे अपने चैनल दे विच। दोस्तों जिस तरह की तुहानू पता है कि कल परमीश वर्मा दा विआह सी, ते विआह भी दोस्तों इंडिया दे विच नहीं होया, बाहर ही होया। सब तो पहला असीं वधाइयां दे देने आ परमीश वर्मा नू, परमीश वर्मा दे विआह दीआं। पर दोस्तों तुहाडे नाल इक अपडेट सांझी करन जा रहे हां। तुहानू दोस्तों पता है कि इस चैनल दे उत्ते तुहानू असीं शहरी मान दी ਉਹ ਵੀਡੀਓ ਵੀ ਦਿਖਾ ਚੁੱਕਿਆ, ਜਿਸਦੇ ਵਿੱਚ ਸ਼ੈਰੀ ਮਾਨ ਲਾਈਵ ਹੋ ਕੇ ਬਹੁਤ ਕੁਛ ਬੋਲ ਰਿਹਾ ਪਰਮੀਸ਼ ਵਰਮਾ ਨੂੰ, ਕਿਉਂਕਿ ਸ਼ੈਰੀ ਮਾਨ ਦਾ ਕਹਿਣਾ ਕਿ ਮੈਨੂੰ ਬਹੁਤ ਚਾਅ ਸੀ ਪਰਮੀਸ਼ ਵਰਮਾ ਦੇ ਵਿਆਹ ਦਾ, ਤੇ ਮੈਂ ਸੋਚਦਾ ਹੁੰਦਾ ਸੀ ਪਰਮੀਸ਼ ਵਰਮਾ ਦੇ ਵਿਆਹ ਤੇ ਪੂਰਾ ਇੰਜੋਏ ਕਰਾਂਗੇ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਪਰਮੀਸ਼ ਵਰਮਾ ਦੇ ਵਿਆਹ ਤੇ ਸ਼ੈਰੀ ਮਾਨ ਪਹੁੰਚੇ ਤਾਂ ਨੇ, ਤੁਹਾਨੂੰ ਦੱਸ ਦਈਏ ਦੋਸਤੋ, ਪਰਮੀਸ਼ ਵਰਮਾ ਦੇ ਵਿਆਹ ਤੇ ਜਦੋਂ ਸ਼ੈਰੀ ਮਾਨ ਪਹੁੰਚੇ ਤਾਂ ਉੱਥੇ ਦੋਸਤੋ ਸ਼ੈਰੀ ਮਾਨ ਦਾ ਸਭ ਤੋਂ ਪਹਿਲਾਂ ਫੋਨ ਜਮ੍ਹਾਂ ਕਰ ਲਿਆ, ਕਿਉਂਕਿ ਸ਼ੈਰੀ ਮਾਨ ਵੀਡੀਓ ਬਣਾਉਣ ਲੱਗੇ ਸੀ ਤੇ ਸ਼ੈਰੀ ਮਾਨ ਨੂੰ ਕਿਹਾ ਗਿਆ ਕਿ ਇੱਥੇ ਵੀਡੀਓ ਨਹੀਂ ਬਣਾਉਣੀ, ਤੇ ਉਸ ਤੋਂ ਬਾਅਦ ਸ਼ੈਰੀ ਮਾਨ ਦਾ ਫੋਨ ਵੀ ਜਮ੍ਹਾਂ ਕਰ ਲਿਆ। ਚਲੋ ਸ਼ੈਰੀ ਮਾਨ ਦਾ ਕਹਿਣਾ ਕਿ ਮੈਂ ਫੋਨ ਦਾ ਜਮ੍ਹਾਂ ਕਰਾ ਦਿੱਤਾ, ਕੋਈ ਚੱਕਰ ਨਹੀਂ, ਤੇ ਉਸ ਤੋਂ ਬਾਅਦ ਮੈਨੂੰ ਕਹਿਣ ਲੱਗੇ ਕਿ ਸਟੇਜ ਦੇ ਉੱਤੇ ਆਓ, ਉੱਥੇ ਕੋਈ ਗਾਣਾ ਗਾਓ, ਸੌਂਗ ਗਾਓ। ਤਾਂ ਸ਼ੈਰੀ ਮਾਨ ਦਾ ਕਹਿਣਾ ਕਿ ਮੈਂ ਯਾਰ ਉੱਥੇ ਯਾਰ ਦੋਸਤ ਦੇ ਵਿਆਹ ਦੇ ਵਿੱਚ ਗਿਆ ਸੀ, ਉੱਥੇ ਸ਼ੋਅ ਲਾਉਣ ਨਹੀਂ ਗਿਆ ਸੀ, ਮੈਂ ਉੱਥੇ ਸ਼ੋਅ ਲਾਉਣ ਨਹੀਂ ਗਿਆ ਸੀ, ਸਿਰਫ ਆਪਣੀ ਯਾਰੀ ਕਰਕੇ ਯਾਰ ਦੋਸਤ ਦੇ ਵਿਆਹ ਤੇ ਗਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਪਰਮੀਸ਼ ਵਰਮਾ ਮੇਰੇ ਨਾਲ ਇੱਦਾਂ ਕਰੇਗਾ। ਤੁਹਾਨੂੰ ਦੱਸ ਦਈਏ ਦੋਸਤੋ, ਪਰਮੀਸ਼ ਵਰਮਾ ਵਿਆਹ ਦੇ ਉੱਤੇ ਸ਼ੈਰੀ ਮਾਨ ਨੂੰ ਮਿਲਿਆ ਵੀ ਨਹੀਂ, ਸ਼ੈਰੀ ਮਾਨ ਦਾ ਇਹ ਕਹਿਣਾ, ਸਿਰਫ ਸ਼ੈਰੀ ਮਾਨ ਨੂੰ ਪਰਮੀਸ਼ ਵਰਮਾ ਦੇ ਮਾਤਾ ਪਿਤਾ ਮਿਲੇ, ਤੇ ਉਸ ਤੋਂ ਬਾਅਦ ਸ਼ੈਰੀ ਮਾਨ ਨੇ ਲਗਭਗ 2 ਘੰਟੇ ਵੇਟ ਕੀਤਾ ਪਰਮੀਸ਼ ਵਰਮਾ ਦਾ, ਪਰ ਜਦੋਂ ਸ਼ੈਰੀ ਮਾਨ ਨੂੰ ਪਰਮੀਸ਼ ਵਰਮਾ ਨਹੀਂ ਮਿਲੇ, 2 ਘੰਟੇ ਬਾਅਦ ਸ਼ੈਰੀ ਮਾਨ ਆਪਣੀ ਗੱਡੀ ਚੱਕ ਵਾਪਸ ਘਰ ਮੁੜਿਆ। ਤੁਹਾਨੂੰ ਦੱਸ ਦਈਏ ਦੋਸਤੋ, ਸ਼ੈਰੀ ਮਾਨ ਨੇ ਫੇਸਬੁੱਕ ਦੇ ਉੱਤੇ ਲਾਈਵ ਆ ਕੇ ਆਪਣੇ ਚਾਹੁਣ ਵਾਲੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਸੀ, ਜਿਸ ਦੇ ਵਿੱਚ ਸ਼ੈਰੀ ਮਾਨ ਨੇ ਇਹ ਵੀ ਕਿਹਾ ਤੇ ਮੈਂ ਹੁਣ ਪੂਰਾ ਟੱਲੀ ਹੋਇਆ ਪਿਆ ਤੇ ਲਾਈਵ ਆ, ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਤੇ ਸ਼ੈਰੀ ਮਾਨ ਨੇ ਇਹ ਵੀ ਕਿਹਾ ਕਿ ਮੈਂ ਤੇਰੇ ਵਿਆਹ 'ਚ ਦਾਰੂ ਨਹੀਂ ਪੀਤੀ, ਮੈਂ ਪਰਮੀਸ਼ ਵਰਮਾ ਦੇ ਵਿਆਹ 'ਚ ਦਾਰੂ ਨਹੀਂ ਪੀਤੀ, ਆਪਣੇ ਪੈਸਿਆਂ ਦੀ ਪੀਤੀ ਆ, ਕਿਉਂਕਿ ਜੇ ਮੈਂ ਉੱਥੇ ਦਾਰੂ ਪੀਂਦਾ ਸ਼ਾਇਦ ਉਸਦਾ ਵੀ ਮੇਰੇ ਤੋਂ ਬਿੱਲ ਮੰਗਿਆ ਜਾਂਦਾ, ਇਸ ਕਾਰਨ ਮੈਂ ਉੱਥੇ ਦਾਰੂ ਹੀ ਨਹੀਂ ਪੀਤੀ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਸ਼ੈਰੀ ਮਾਨ ਬਾਈ ਨੇ ਪਰਮੀਸ਼ ਵਰਮਾ ਨੂੰ ਗਾਲਾਂ ਵੀ ਕੱਢ ਦਿੱਤੀਆਂ ਲਾਈਵ ਦੇ ਵਿੱਚ, ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦਿੱਤਾ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੀ ਬੋਲੇ ਸੀ ਸ਼ੈਰੀ ਮਾਨ ਲਾਈਵ ਦੇ ਵਿੱਚ। ਸ਼ੈਰੀ ਮਾਨ ਨੇ ਕਿਹਾ ਕਿ ਯਾਰ ਮੈਂ ਤੈਨੂੰ ਆਪਣਾ ਛੋਟਾ ਭਰਾ ਮੰਨਦਾ ਸੀ, ਮੈਂ ਵਿਆਹ ਦੇ ਵਿੱਚ ਤੈਨੂੰ ਆਸ਼ੀਰਵਾਦ ਦੇਣ ਆਇਆ ਸੀ, ਇੰਜੋਏ ਕਰਨ ਆਇਆ ਸੀ, ਯਾਰ ਦੋਸਤ ਦੇ ਵਿਆਹ ਤੇ ਆਇਆ ਸੀ, ਨਾ ਕਿ ਉੱਥੇ ਕੋਈ ਸ਼ੋਅ ਲਾਉਣ, ਤੇ ਤੁਸੀਂ ਯਾਰ ਮੇਰਾ ਹੀ ਫੋਨ ਫੜ ਲਿਆ। ਯਾਰ ਤੁਸੀਂ ਬਿਜ਼ਨਸਮੈਨ ਹੋ ਸਮਝ ਲਿਆ, ਪਰ ਯਾਰ ਬਿਜ਼ਨਸਮੈਨ ਰਿਸ਼ਤਿਆਂ ਦੇ ਵਿੱਚ ਨਹੀਂ ਚੱਲਦੇ, ਬਿਜ਼ਨਸਮੈਨ ਨਹੀਂ ਬਣੀਦਾ ਯਾਰ, ਇਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਸ਼ੈਰੀ ਮਾਨ ਨੇ। ਚਲੋ ਦੋਸਤੋ, ਰਾਤ ਗੁਜ਼ਰ ਗਈ, ਸਭ ਕੁਝ ਹੋ ਗਿਆ, ਪਰਮੀਸ਼ ਵਰਮਾ ਦਾ ਵਿਆਹ ਹੋ ਗਿਆ, ਸ਼ੈਰੀ ਮਾਨ ਆਪਣੇ ਘਰ ਆ ਗਿਆ। ਤੇ ਦੋਸਤੋ ਉਸ ਤੋਂ ਬਾਅਦ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਸਟੋਰੀਆਂ ਪਾ ਕੇ ਪਰਮੀਸ਼ ਨੂੰ ਰਿਪਲਾਈ ਕੀਤੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਤੁਸੀਂ ਆਪ ਹੀ ਸੁਣ ਲਵੋ ਕੀ ਕਿਹਾ ਪਰਮੀਸ਼ ਵਰਮਾ ਨੂੰ ਸਟੋਰੀ ਦੇ ਵਿੱਚ ਸ਼ੈਰੀ ਮਾਨ ਨੇ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਸ਼ੈਰੀ ਮਾਨ ਲਿਖਦੇ ਨੇ, ਪੁੱਤ ਹੈਪੀ ਵੈਡਿੰਗ ਪੁੱਤ, ਬਟ ਹਰ ਕਿਸੇ ਨੂੰ ਸ਼ੋਅ ਲਾਉਣ ਵਾਲਾ ਨਾ ਸਮਝ ਲਿਆ ਕਰ। ਤੇ ਦੂਜੀ ਸਟੋਰੀ ਦੇ ਵਿੱਚ ਸ਼ੈਰੀ ਮਾਨ ਲਿਖਦੇ ਨੇ, ਬੇਟਾ ਹਰ ਕੋਈ ਬਿਜ਼ਨਸਮੈਨ ਨਹੀਂ ਹੁੰਦਾ ਯਾਰ। ਤੇ ਦੋਸਤੋ ਉਸ ਤੋਂ ਬਾਅਦ ਇੱਕ ਹੋਰ ਸਟੋਰੀ ਦੇ ਵਿੱਚ ਲਿਖਦੇ ਨੇ ਸ਼ੈਰੀ ਮਾਨ, ਵਿਆਹ ਕਰਵਾ ਲਓ ਛੇਤੀ ਛੇਤੀ ਸਾਰੇ, ਚਾਹ ਹੀ ਬਹੁਤ ਆ ਤੁਹਾਡੇ ਸਾਰਿਆਂ ਦੇ ਵਿਆਹ ਦਾ, ਫਿਰ ਨਾ ਕਿਹੋ ਦੱਸਿਆ ਨਹੀਂ। ਤਾਂ ਦੋਸਤੋ ਇਹ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਦੇ ਵਿੱਚ ਸਟੋਰੀ ਪਾ ਕੇ ਰਿਪਲਾਈ ਕੀਤੇ ਪਰਮੀਸ਼ ਵਰਮਾ ਨੂੰ। ਹੁਣ ਦੋਸਤੋ ਪਰਮੀਸ਼ ਵਰਮਾ ਦਾ ਕੀ ਕਹਿਣਾ ਉਹ ਵੀ ਸੁਣ ਲਵੋ। ਪਰਮੀਸ਼ ਵਰਮਾ ਨੇ ਵੀ ਦੋਸਤੋ ਰਿਪਲਾਈ ਕੀਤਾ ਸ਼ੈਰੀ ਮਾਨ ਨੂੰ, ਤੁਹਾਡੇ ਸਾਹਮਣੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ। ਪਰਮੀਸ਼ ਵਰਮਾ ਲਿਖਦੇ ਨੇ ਸਟੋਰੀ ਪਾ ਕੇ, ਸ਼ੈਰੀ ਵੀਰੇ ਮੇਰੇ ਵਿਆਹ ਤੇ ਆਉਣ ਲਈ ਤੁਹਾਡਾ ਧੰਨਵਾਦ, ਰਸਮਾਂ ਵਿੱਚ ਰੁੱਝੇ ਹੋਣ ਕਰਕੇ
तुहानू साडे परिवार विच बैठ के वेट करनी पई, उस लई मुआफी। मेरे आनंद कार्ज वाले दिन तुसी लाइव होके मेनू ते मेरे परिवार नू इन्ना प्यार ते सतिकार दिता, उसका धन्यवाद। परमीश वर्मा कोई बड़ा इंसान नहीं, सच्ची तुहाडे तो बहुत छोटा है। मैं व्याह ते भी थोड़े गोडी हाथ ला के मिलिया सी, अगे भी ओने ही सतिकार नाल मिलांगा। लॉट्स ऑफ रिस्पैक्ट। तां दोस्तो परमीश वर्मा का कहना कि मैं हमेशा सतिकार दे नाल ते प्यार दे नाल रिस्पैक्ट दे नाल तुहानू उसे तरह मिलांगा जिस तरह व्याह दे विच मिलिया सी। तां दोस्तो परमीश वर्मा दा कहना कि मैं तुहानू मिलिया सी गोडी हाथ ला के मिलिया सी। लाइव दे विच शरीमान ने कहा कि मैनू टाइम नहीं दिता, मेरे कोल नहीं आया। हुण दोस्तो तुहाडा की कहना परमीश वर्मा ते शरीमान बारे, परमीश वर्मा दे व्याह बारे? थले कमेंट बॉक्स दे विच अपनी राय जरूर दे दिओ। तुहाडे नाल इह अपडेट सांझी करनी सी। ते हुण की कहा शरीमान ने परमीश वर्मा नू, ते परमीश वर्मा ने की कहा शरीमान नू, उह तुहाडे नाल गल्लां सांझियां कर दित्तियां। जेकर अपडेट वधिया लगी वीडियो लाइक कर दिओ, सब दे नाल सांझी जरूर कर दिओ। चैनल ते तुसी नवें तां तुहाडे अपने चैनल नू सबसक्राइब जरूर कर लिओ, तां कि कोई भी नवी अपडेट आवे उहदी जानकारी तुहानू सब तो पहलां मिल जावे। जल्द हाजिर होवां नवी अपडेट लैके, उदों तक लई रब रखा। ए ना करिया कर पुत, ए ना करिया कर। परमीश वर्मा इस वॉचिंग दा ठीक है, पर पुत ए ना करिया कर। मैं तेरे व्याह ते पुत इंजॉय करना आया सीगा, मैं तेरे व्याह ते शो लाउन नहीं सी आया, ठीक है? तेरे व्याह ते शो लाउन नहीं सी आया पुत। जे कते आपदा भरा मन के मैनू बुलाउंदा ना, तो आ काम कदे ना हुंदा। ते हुण पुत परमीश वर्मा इस वॉचिंग, पर पुत हुण मैं तेरे व्याह ते नहीं कदे आउणा, ना कदे तेरे कल वाले शो ते आवां जिहड़ा तू मेरे लिए रख्या सी। पुत तू हुण देख तां लिया ही है, पर मैं पुत आउणा नहीं, बिकॉज तू मेरा पुत ही रहेगा हमेशा। देख रहे हैं तो वधिया देखी चल, पर मैं नहीं आउंदा पुत तेरे व्याह ते। पुत तू यार मैनू इन्ना सस्ता समझ लिया बेटा, यार मैं तेरा डैडी सी, यार डैडी नू इन्ना सस्ता समझी दा हुंदा यार पुत। ऐ ना करे कर बेटा, डैडी तां डैडी हुंदा पुत, डैडी तां डैडी हुंदा पुत। डैडी नू जे हुण मना लेंगा तां ठीक आ, नहीं तां डैडी नहीं मनदा। डैडी तां डैडी रहिंदा पुत। जस्सी बैणी पाले वॉचिंग, जस्सी इहनू समझा आपदे, जस्सी इहनू अपने की कहिंदे हुंदे आ भतीजे नू, इह अपना भतीजा पुत। जस्सी ये अपना भतीजा, परमीश वर्मा अपना भतीजा पुत। जे मने ता, नहीं ता जे ना मने फिर ता अपना कख भी नहीं। पर परमीश हुण भी ता देखी जाना ना पुत, जे पहले ही जान लैंदा पुत, हुण नहीं जो मर्जी कर लो हुण नहीं पुत। यार इन्ना तू आपदे चाचे नू माड़ा समझा लिया यार, इन्ना नहीं सी करना चाहिए।